दो बाल्टियां हर बार पांदी आ काम उन्हां की करदियां। कुलवीर जीरा थोड़े मौजूदा विधायक ने कांग्रेस दे विकास दे पक्षों जे गल कर लिए किवें दा रहा विकास पर बाद च ना कोई सुनदा ना कोई करदा। कुलवीर सिंह जीरा मौजूदा विधायक ने थोड़े किन्ना क विकास होया किन्ना क काम कार होए हलके दे काम कार ते उन्हें जीरे दे च बहुत सोहना कीता। अकाली दल दा मुश्किल ही है भाजपा दा इक जीरो काम है ओदा दा खाता मोदी दा वोट किसी ने पाउणी नहीं क्यों इन्हें कीती बड़ी माड़ी गरीबां नाल मोदी का बिल्कुल ना ही लाना भाजी सानू महसूस होने लग पैंदा। हाँ जी लॉकडाउन सानू पता जिवें ब्याजां भरियां जां जिन्नी तंगी कट्टी है जिहड़ी आवाज आ ओह ज्यादा हाले तां अगे कांग्रेस दी। अकाली दल तो हुण वेखो मिन्ने दा कम खराब कर दिता सी पहला मेरे यार इन्नी ज्यादा नॉलेज तो अपन है नहीं ते पर आपां इह जाणिया कि आम आदमी आ गया दूजियां पार्टियां ने किसी ने साथ नहीं दिता डेढ़ साल से किसान बैठे रहे यार ते भाजपा नहीं भाई है मोदी नहीं बिल्कुल गा गए इनू तां वेख के राजी नहीं मैं क्या इनू वेखना कहे नहीं तुसीं वोट की गल करते जे वाह जी वाह कैप्टन इन्हां दे नाल रल के ओ नहीं सब चोर रले इको नाल दे। मेरी निगाह मैदान भी कहीं जुती जो पास जो के दे चंगा गुटके सौ खा हूं इधर होगा हूं गुटके सौ खा तू भूल जू सिख का पुत नहीं भूलता हूं जो अपने मां प्यो की बेअबती हो जाती है गुटका फड़ के हाथों च मैं खुद आप गया उ बठिंडे इन्हें खुद इन्हें गुटका फड़ के सौ खाधी मैं नशा छड़ाऊ मैं ऐ करूँ कुछ भी जो नशा तो बार के बिगड़ दिया नशा एक पार्टी लोग दूजी पार्टी चला दी की करे बच्चे बहुत बर्बाद करते इन्होंने जेडे सानू पता ही जीरे के बच्चे वेना उ मुंडे जे सा दिहाड़ियां करते सा मुंडे जो बेचारे अकाल चुकते फिरते महाराज सच्चे पातशाह इसने कांग्रेस ही आवे। ਵਿਚਰਦਾ ਵਧੀਆ ਰਹਿਣੇ ਉਹ ਤਾਂ ਹੁਣ ਤਾਂ ਵੋਟਾਂ ਦੇ ਟਾਈਮ ਤੇ ਹਰੇਕ ਹੀ ਕਰਦਾ ਹੁੰਦਾ ਮੈਂ ਆ ਕਰੂੰਗਾ ਉਹ ਕਰੂੰਗਾ ਪਰ ਬਾਅਦ 'ਚ ਨਾ ਕੋਈ ਸੁਣਦਾ ਨਾ ਕੋਈ ਕਰਦਾ। ਬਈ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਭਗਵੰਤ ਮਾਨ ਉਹਨਾਂ ਨੂੰ ਸੀਐਮ ਐਲਾਨਣਾ ਚਾਹੀਦਾ ਕਿਉਂਕਿ ਚਰਚੇ ਹੋ ਰਹੇ ਨੇ ਕਿ ਉਹਨਾਂ ਨੂੰ ਸੀਐਮ ਨਹੀਂ ਹਲੇ ਤੱਕ ਐਲਾਨਿਆ ਜਾ ਰਿਹਾ। ਬਿਲਕੁਲ ਐਲਾਨਣਾ ਚਾਹੀਦਾ ਵੀਰੇ ਜਿੰਨਾ ਕੰਮ ਕਰ ਰਿਹਾ ਉਹ ਜਿਹੜੇ ਹਿਸਾਬ ਨਾਲ ਅਤੇ ਸੋਚ ਰਿਹਾ ਲੋਕਾਂ ਦਾ ਚੰਗਾ ਤੀਜੀ ਪਾਰਟੀ ਹੋਣੀ ਚਾਹੀਦੀ ਆ ਕੰਪੀਟੀਸ਼ਨ ਬਣੇ ਤਾਂ ਆਪੇ ਕੰਮ ਕਰਨਗੀਆਂ ਸਾਰੀਆਂ ਪਾਰਟੀਆਂ। ਤੁਹਾਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜਿਹੜਾ ਵਿਕਾਸ ਕਰੂ ਚਾਹੀਦਾ ਤਾਂ ਹੈ ਜਿੱਦਾਂ ਹੁਣ ਕਿਸਾਨ ਅੰਦੋਲਨ ਚੱਲਿਆ ਦੂਜੀਆਂ ਪਾਰਟੀਆਂ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਕਿ ਆਮ ਆਦਮੀ ਸ਼ਾਇਦ ਆਊਗੀ। ਬਾਪੂ ਚੋਣਾਂ ਸਿਰ ਤੇ ਨੇ ਵਿਧਾਨ ਸਭਾ ਦੀਆਂ ਤੁਹਾਡੇ ਜੀਰੇ ਹਲਕੇ ਦੀ ਜੇ ਗੱਲ ਕਰ ਲਾਂ ਕਿਹੜਾ ਉਮੀਦਵਾਰ ਲੱਗਦਾ ਐਤਕੀ ਬਾਜੀ ਮਾਰ ਜੂ? ਵੇਖੋ ਜੀ ਬੇਨਤੀ ਹੈ ਵੀ ਉਮੀਦਵਾਰ ਦਾ ਤਾਂ ਪਰਮੇਸ਼ਰ ਨੂੰ ਪਤਾ ਜੀ ਬਾਕੀ ਵੀ ਇਹ ਵੇਲੇ ਜਿਹੜੀ ਆਵਾਜ਼ ਆ ਉਹ ਜ਼ਿਆਦਾ ਹਾਲੇ ਤਾਂ ਅਜੇ ਕਾਂਗਰਸ ਦੀ ਜੀ ਇੱਥੇ ਅਤੇ ਬਾਕੀ ਗਾਂ ਕਹਿੰਦੇ ਅਕਾਲੀ ਦਲ ਦੀ ਆਵਾਜ਼ ਬਹੁਤ ਆ ਅਤੇ ਗਾਂ ਜਿੱਤਣਾ ਆਰੰਭ। ਬਾਪੂ ਤੁਸੀਂ ਕਾਂਗਰਸ ਦੀ ਗੱਲ ਕੀਤੀ ਆ ਮੈਂ ਤਾਂ ਵੱਡਾ ਬੰਦਾ ਬਾਹਰ ਜਾ ਕੇ ਵੇਖਿਆ ਨਹੀਂ ਵਿਕਾਸ ਕਿੰਨਾ ਕਿੰਨਾ ਨੇ ਮੈਂ ਤਾਂ ਇੱਥੇ ਤੱਕ ਛੱਡ ਤੇ ਗੇੜਾ ਗੂੜਾ ਕੱਢ ਕੇ ਚਲੇ ਜਾਂਦਾ ਕੰਮ ਮੈਨੂੰ ਇੰਨਾ ਨਹੀਂ ਪਤਾ ਵਿਕਾਸ ਕਿੰਨਾ ਕੁ ਹੋਇਆ ਅਤੇ ਕਿੰਨਾ ਇੰਨਾ ਵੀ ਜੇ ਅਖਬਾਰ 'ਚ ਆ ਜਾਂਦਾ ਪੜ੍ਹ ਲਈਦਾ ਮਾੜਾ ਮੋਟਾ। ਬਾਪੂ ਆਮ ਆਦਮੀ ਪਾਰਟੀ ਦੇ ਹਾਲਾਤ ਕਿਵੇਂ ਦੇ ਆ? ਉਹਨਾਂ ਦੇ ਹਾਲਾਤ ਬੰਦਾ ਬਹੁਤ ਚੰਗਾ ਉਹਨਾਂ ਦਾ ਜਿਹੜਾ ਖੜਾ ਪਰ ਐਂ ਵੀ ਉਹਨਾਂ ਦੇ ਜਿਹੜੇ ਡੈਕੋਰੇਸ਼ਨ ਆ ਉਹ ਘੱਟ ਨੇ ਜਾਣੀ ਉਹਨਾਂ ਦੇ ਜਿਹੜੇ ਮਗਰ ਵੈਲ ਪਾਵਰ ਵਾਲੇ ਬੰਦੇ ਘੱਟ ਨੇ ਆਹ ਗੱਲ ਆ ਅਤੇ ਵੈਸੇ ਬੰਦਾ ਉਹ ਬਹੁਤ ਚੰਗਾ ਅੱਗੇ ਉਹ ਜਿੱਤਿਆ ਸੀ ਭਲਵਾਨ ਸਿੰਘ ਦੇ ਸਿਰ 'ਤੇ ਭਲਾਮਾਂ 'ਚ ਬੰਦਾ ਅਤੇ ਭਲਵਾਨ ਸਿੰਘ ਦੇ ਸਿਰ 'ਤੇ ਉਹ ਜਿੱਤ ਗਿਆ ਸੀ ਆਹ ਗੱਲ ਅਤੇ ਹੁਣ ਗਾਂਹ ਵੇਖੋ ਮਹਾਰਾਜ ਦੂਜੀ ਗੱਲ ਇਹ ਵੀ ਜਿਹੜਾ ਬੰਦਾ ਪਾਰਟੀ ਛੱਡਦਾ ਨਾ ਇੱਕ ਦੂਜੇ ਨੂੰ ਉਹ ਵੀ ਘੱਟ ਕਾਮਯਾਬ ਬੰਦਾ। ਬਾਪੂ ਕੀ ਲੱਗਦਾ ਤੁਹਾਨੂੰ ਤੁਹਾਡੇ ਹਲਕੇ 'ਚ ਕਿਹੜਾ ਉਮੀਦਵਾਰ ਬਾਜੀ ਮਾਰ ਸਕਦਾ? ਇਹ ਜੀ ਰੱਬ ਨੂੰ ਪਤਾ ਜੀ
ਤੇ ਵਿਕਾਸ ਦੀ ਜੇ ਗੱਲ ਕਰ ਲਵਾਂ, ਕੁਲਵੀਰ ਜੀਰੇ ਹੋਣਿਆਂ ਨੇ ਕਿੰਨਾ ਕੁ ਕੰਮ ਕਾਰ ਕੀਤਾ, ਵਿਕਾਸ ਕੀਤਾ? ਛੇ ਪਿੰਡਾਂ ਦੇ ਵਿੱਚੋਂ ਬੰਬ ਕੱਢ ਦਿੱਤੀ ਜੀ ਐਵੇਂ। ਅਕਾਲੀ ਦਲ ਦਾ ਲੱਗਦਾ ਤੁਹਾਨੂੰ ਜਨਮੇਜਾ ਸਿੰਘ ਸਿੱਖ ਹੋਣੇ, ਮੰਤਰੀ ਵੀ ਰਹੇ ਨੇ, ਵੋਟ ਕਿੰਨੀ ਕੁ ਪੈ ਸਕਦੀ ਆ, ਕਿਸ ਤਰ੍ਹਾਂ ਦੀ ਸਥਿਤੀ ਉਹਨਾਂ ਦੀ? ਇਹ ਜੀ ਰੱਬ ਨੂੰ ਪਤਾ, ਉਹਨੂੰ ਉਤਲੇ ਜੀ ਬਾਈ ਕਿਵੇਂ ਲੱਗਦਾ ਤੁਹਾਡੇ? ਬਾਈ ਜੀ ਸਾਡੇ ਹਿਸਾਬ ਤਾਂ ਕੁਲਵੀਰ ਹੀ, ਵੈਸੇ ਤਾਂ ਉਹਨੇ ਗਲੀਆਂ ਗੁਲੀਆਂ ਬਹੁਤ ਬਣਾਈਆਂ, ਇਹੋ ਜਿਹੀ ਗੱਲ ਨਹੀਂ, ਬਹੁਤ ਸਵਾਰ ਹੈ ਸ਼ਹਿਰ ਦਾ ਮਾਹੌਲ ਬਣਾ ਦਾ ਬੜਾ ਬਾਈ। ਆਪਣਾ ਜੇ ਅਕਾਲੀ ਦਲ ਦੀ ਗੱਲ ਕਰ ਲਈਏ, ਅਕਾਲੀ ਦਲ ਦਾ ਕਿਵੇਂ ਦਾ? ਅਕਾਲੀ ਦਲ ਵੀ ਹੁਣ ਵੇਖੋ, ਮਿੰਨੇ ਨੇ ਤਾਂ ਕੰਮ ਖਰਾਬ ਕਰ ਦਿੱਤਾ ਸੀ ਪਹਿਲਾਂ ਜੀ, ਇਹਨਾਂ ਨੇ ਤਾਂ ਉਹਨਾਂ ਸ਼ੇਖੋ ਸਾਹਿਬ ਆਏ, ਵੇਖੋ ਹੁਣ ਕੀ ਬਣਦਾ। ਮੰਤਰੀ ਰਹੇ ਨੇ ਪਹਿਲਾਂ, ਹਾਂ ਨਹੀਂ ਇਹ ਵੀ ਮੰਤਰੀ ਦੇ ਨਾਲ ਨਾਂ ਚੱਲਦਾ ਵੈਸੇ, ਇਹ ਵੀ ਗੱਲ ਤਾਂ ਨਹੀਂ। ਆਮ ਆਦਮੀ ਪਾਰਟੀ ਦਾ ਕੀ? ਹਾਂ ਉਹਦਾ ਹੀ ਵੈਸੇ, ਪਿੰਡਾਂ 'ਚ ਉਹਨਾਂ ਜ਼ਿਆਦਾ ਮਸ਼ਹੂਰ ਚੱਲਦਾ ਪਿਆ, ਪਿੰਡਾਂ 'ਚ ਜ਼ਿਆਦਾ ਉੱਧਰ ਚੱਲਦੇ ਆ ਝਾੜੂ ਵਾਲੇ ਜੀ ਜੀ, ਬਾਕੀ ਜੀਰੇ ਜੁਰਿਆ ਦਾ ਇੱਧਰ ਮੰਨਦੇ ਆ ਕੁਲਵੀਰ ਨੂੰ। ਬਈ ਕਿਸਾਨ ਅੰਦੋਲਨ ਹੋਇਆ ਹੈ, ਕਿਸਾਨ ਅੰਦੋਲਨ ਦਾ ਲੱਗਦਾ ਅਸਰ ਪਊ ਵੋਟਰਾਂ 'ਤੇ ਇਸ ਵਾਰ? ਹਾਂ ਵੀ ਉਹਨਾਂ ਦੇ ਤਾਂ ਵਾਰ ਪੂਰਾ, ਉਹਨਾਂ ਦੀ ਮਦਦ ਕੀਤੀ ਸੀ ਝਾੜੂ ਵਾਲੇ ਨੇ, ਕਿਸਾਨਾਂ ਦੀ ਬਹੁਤ ਮਦਦ ਕੀਤੀ ਸੀ, ਉਹਨਾਂ ਰੋਟੀ ਪਾਣੀ ਬੱਸਾਂ ਦੀ ਸੀਟਾਂ ਕੱਢੀਆਂ ਸੀ, ਸਾਨੂੰ ਸਾਰੀ ਖਬਰਾਂ ਸੁਣਦੇ ਰਹੇ ਸੀ, ਉਹਨਾਂ ਮਦਦ ਬਹੁਤ ਕੀਤੀ ਸੀ ਜਿਹੜਾ ਮੌਕੇ ਦਾ ਟਾਈਮ। ਬਾਪੂ ਕੀ ਲੱਗਦਾ ਤੁਹਾਡੇ ਹਲਕੇ ਦਾ ਫਿਰ ਕਿਹੜਾ ਉਮੀਦਵਾਰ ਬਾਜੀ ਮਾਰ ਸਕਦਾ? ਅਸੀਂ ਤਾਂ ਜੀ ਉਹਨੇ ਐਵੇਂ ਕਾਮਰਾ ਸੀ ਜਾਊਗਾ। ਅੱਛਾ ਜੀ, ਸਾਡੀ ਨਿਗਾਹ ਤੇ ਜਿਹਦਾ ਵੀ ਜਿਸ ਹਿਸਾਬ ਨਾਲ ਕੰਮ ਇਹਨੇ ਕਰਵਾਏ ਆ ਕੁਲਵੀਰ ਸਿੰਘ ਨੇ ਜੀ, ਯਾਨੀ ਬਹੁਤ ਜ਼ਿਆਦਾ ਕੰਮ ਕੀਤੇ ਮੁੰਡੇ ਨੇ ਜੀ, ਤੇ ਅਸੀਂ ਤਾਂ ਨੇ ਵੀ ਬਹੁਤ ਵਧੀਆ ਸ਼ਾਬਾਸ਼, ਅਸੀਂ ਤਾਂ ਨੇ ਤਕੜਾ ਹੋ ਕੇ ਬਾਜੀ ਮਾਰੇ ਹਲਕੇ ਦੇ ਪੂਰੇ ਕੰਮ ਹੋਏ ਲਗਾਤਾਰ। ਹਾਂਜੀ ਹਾਂਜੀ ਹਾਂਜੀ, ਤੇ ਅਕਾਲੀ ਦਲ ਦਾ ਕਿਵੇਂ ਲੱਗਦਾ ਤੁਹਾਨੂੰ? ਵੇਖੋ ਜੀ ਆਪੋ ਆਪਣੀਆਂ ਸੀਟਾਂ ਤੇ ਸਾਰੇ ਛਾਲਾ ਮਾਰਨ ਵਾਲੇ ਆ, ਪਰ ਸਾਡੀ ਨਿਗਾਹ ਦੇ ਵਿੱਚ ਤਾਂ ਕਾਂਗਰਸ ਅੱਗੇ, ਤੁਹਾਡਾ ਮਨ ਫਿਰ ਕਾਂਗਰਸ ਵੱਲ ਹੈ ਇਸ ਵਾਰ? ਅਸੀਂ ਤਾਂ ਜੀ ਪੱਕੇ ਹੀ ਕੱਕੜ ਕਾਂਗਰਸ ਸੀ ਜੀ ਜੀ, ਮੇਰੀ ਤਾਂ 70 ਸਾਲ ਦੀ ਉਮਰ ਹੈ ਜਿਹੜੀ ਕਾਂਗਰਸ ਸੀ ਜੀ, ਸਾਡਾ ਸਾਰਾ ਪਰਿਵਾਰ ਆਇਆ ਮੁਕ 400 ਵੋਟ ਆ ਮੇਰੀ ਜੀ, ਸਾਰੀ ਕਾਂਗਰਸ ਜੀ ਜੀ, ਅਸੀਂ ਅੜਕੇ ਪਾਉਣੀਆਂ ਤੇ ਅੜਕੇ ਹੀ ਜਾਣਾ ਕਾਂਗਰਸ ਨੂੰ, ਚਾਹੇ ਹਾਰ ਜਾਣ ਜਾਂ ਜਿੱਤ ਜਾਣ ਆਏ ਪਾਉਣੀਆਂ ਕਾਂਗਰਸ ਨੂੰ। ਕੁਲਵੀਰ ਸਿੰਘ ਨੇ ਆਣ ਕੇ ਘਰੇ ਨਹੀਂ ਗੇੜਾ ਮਾਰਨਾ, ਉਹਨੂੰ ਪਤਾ ਵੀ ਗੁਰਮੇਲ ਸਿੰਘ ਦੀਆਂ ਵੋਟਾਂ ਸਾਡੀਆਂ ਜੀ, ਸਾਡਾ ਆਖ ਨੂੰ ਤੁਸੀਂ ਕਹਿਣੋ ਵੀ ਸਾਡਾ ਬੜਾ ਨੇੜੇ ਦਾ ਉਹ ਉਹਨਾਂ ਦੇ ਨਾਲ ਤੇ ਮਿਲਦੇ ਜੁਲਦੇ ਰਹਿੰਦੇ ਆ, ਵਧੀਆ ਗੱਲਬਾਤ। ਹਾਂਜੀ ਹਾਂਜੀ ਹਾਂਜੀ, ਅਸੀਂ ਤਾਂ ਇੱਥੇ ਫਿਰਦੇ ਰਹਿੰਦੇ, ਸਾਲ ਕਰਨ ਆ ਜਾਂਦੇ ਆ, ਤੇ ਸੇਖੋ ਦਾ ਵਿਚਾਰੇ ਦਾ ਆਪਾਂ ਨੂੰ ਪਤਾ ਨਹੀਂ, ਅਜੇ 99 ਅਸੀਂ ਸਾਡਾ ਭੇਤੀ ਨਹੀਂ, ਅਸੀਂ ਅਜੇ ਭੇਤ ਸਾਨੂੰ ਇਹਦਾ ਹੈ ਨਹੀਂ ਗਾ, ਅਸੀਂ ਤਾਂ ਵੀ ਤਕੜੇ ਹੋ ਗਏ ਵੀ ਬਾਜੀ ਮਾਰਨ, ਸਾਨੂੰ ਹੁਣ ਕੀ ਪਤਾ ਲੱਗਦਾ, ਕੰਮਾਂ ਕਰਨ ਦੇ ਵਿੱਚ ਇਹ ਅੱਗੇ ਆ ਰਹੀ ਹੈ। ਆਮ ਆਦਮੀ ਪਾਰਟੀ ਬਾਪੂ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਨਵਾਂ ਪੰਜਾਬ ਦੇਵਾਂਗੇ, ਕਿਵੇਂ ਲੱਗਦਾ? ਮੇਰੀ ਤਾਂ ਨਿਗਾਹ ਦੇ ਵਿੱਚ ਤਾਂ ਹੈ ਨਹੀਂ, ਐਵੇਂ ਬਸ ਗੱਲਾਂ ਇੱਕ ਦੂਜੇ ਨੂੰ, ਜਿਵੇਂ ਇੱਕ ਦੋ 2000 ਦਿਉ, ਕੋਈ 1000 ਦਿਉ, ਤੇ ਮੈਂ ਤਾਂ ਵੀ ਕਿਸੇ ਨੂੰ ਜੁੱਤੀ ਚੁੱਕ ਕੇ ਪਾਸ ਚੁੱਕ ਕੇ ਦੇ ਦੇਣ ਤਾਂ ਵੀ ਚੰਗਾ, ਕਿਸੇ ਨੇ ਨਹੀਂ ਦੇਣਾ, ਇਹਦਾ ਗੱਲਾਂ ਐਵੇਂ ਗੁਰਾਹ ਕਰੀ ਜਾਂਦੇ ਲੋਕਾਂ ਨੂੰ ਵੀ ਤੈਨੂੰ ਆਇਆ ਕਰਾਂਗੇ ਜਿਉਂ ਕਰਾਂ, ਕਿਸੇ ਨੇ ਨਹੀਂ ਦੇਣਾ, ਇਹਦਾ ਆਪੋ ਆਪਣੀ ਆਪਦੀ ਦੇਹ ਆਪਣੀ, ਆਪਾਂ ਆਪਦੀ ਜ਼ਿੰਦਗੀ ਵੇਖਣੀ ਜਿੱਧਰ ਪਾਉਣੀ ਆਪਦੇ ਦਿਲ ਨੂੰ ਪਾਓ, ਕੰਮਾਂ ਕਾਰਾਂ ਦੇ ਮਗਰ ਵੀ ਜਾਣਾ ਤੇ ਜਾਓ, ਪਰ ਆਪਦੀ ਵੋਟ ਜਿਹੜੀ ਨਾ ਕੀਮਤੀ ਨੂੰ ਇਹਨੂੰ ਨਾ ਗੁਆ। ਉਹ ਨੀ ਨਾ 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 ਨਾ, ਉਹਦੇ ਮਗਰ ਤਾਂ ਕਿਸੇ ਨੇ ਜਾਣਾ ਹੀ ਨੀ, ਉਹਦਾ ਤਾਂ ਖਾਤਾ ਮੋਦੀ ਨੂੰ ਤਾਂ ਵੋਟ ਕਿਸੇ ਨੇ ਪਾਉਣੀ ਨੀ, ਕਿਉਂ ਇਹਨੇ ਕੀਤੀ ਬੜੀ ਮਾੜੀ ਗਰੀਬਾਂ ਨਾਲ, ਤਕੜਿਆਂ ਨਾਲ ਵੀ ਤੇ ਗਰੀਬਾਂ ਨਾਲ ਵੀ ਧੱਕਾ ਹੀ ਕੀਤਾ, ਮੋਦੀ ਦਾ ਬਿਲਕੁਲ ਨਾ ਹੀ ਲੈਣਾ ਭਾਜੀ, ਸਾਨੂੰ ਮਹਿਸੂਸ ਹੋਣ ਲੱਗ ਪੈਂਦਾ। ਹਾਂਜੀ ਇਹਨੇ ਲੋਕਡਾਊਨ ਸਾਨੂੰ ਪਤਾ ਜਿਵੇਂ ਵਿਆਜਾਂ ਭਰੀਆਂ, ਜਾਂ ਜਿੰਨੀ ਤੰਗੀ ਕੱਟੀ ਹੈ, ਇਹਨੇ ਬਹੁਤ ਜ਼ਿਆਦਾ ਕਿਸਾਨਾਂ ਨੂੰ ਬਹੁਤ ਅੱਗੇ ਲਾਇਆ, ਇਹ ਤਾਂ ਮਾੜੇ ਬੰਦਿਆਂ ਨੂੰ ਪੁੱਛ ਕੇ ਵੇਖੋ, ਹਾਂ ਮਸਲਾ ਮੋਦੀ ਦਾ ਨਹੀਂ, ਬਿਲਕੁਲ ਗਾਹ ਗਏ, ਇਹਨੂੰ ਤਾਂ ਵੇਖ ਕੇ ਰਾਜੀ ਨਹੀਂ, ਲੱਗਦਾ ਵੋਟ ਤਾਂ ਪੈਣੀ ਨਹੀਂ, ਮੈਂ ਕਿਹਾ ਇਹਨੂੰ ਵੇਖਣਾ ਕਿਸੇ ਨੀ, ਤੁਸੀਂ ਵੋਟ ਦੀ ਗੱਲ ਕਰਦੇ ਜੇ, ਵਾਹ ਜੀ ਵਾਹ, ਕੈਪਟਨ ਇਹਨਾਂ ਦੇ ਨਾਲ ਰਲ ਕੇ, ਉਹ ਨਹੀਂ ਸਭ ਚੋਰ ਰਲੇ ਕੋ ਨਾਲ ਦੇ, ਕੈਪਟਨ ਰਲ ਕੇ ਗੁੱਟ ਕੇ ਹੀ ਸੌ ਖਾ ਕੇ, ਹੁਣ ਇੱਧਰ ਹੋ ਗਿਆ, ਹੁਣ ਗੁੱਟ ਕੇ ਹੀ ਸੌ ਖਾ ਦੀ ਨੂੰ ਭੁੱਲ ਜੂ ਕੋਈ, ਸਿੱਖ ਦਾ ਪੁੱਤ ਨਹੀਂ ਭੁੱਲਦਾ ਹੁੰਦਾ, ਸਿੱਖ ਦੇ ਪੁੱਤ ਨੂੰ ਆਪਣੀ ਗੁਰਦੇ ਆ ਜਿਹਨੂੰ ਮੰਨਦੇ ਆ, ਉਹਨੇ ਗੁਟਕਾ ਫੜ ਕੇ ਸੌ ਖਾ ਕੇ ਹੁਣ ਇੱਧਰ ਹੋ ਗਿਆ, ਹੁਣ ਅਗਲਾ ਗੁੱਟ ਕਿਤੇ ਜਾਊ, ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ, ਉਹੀ ਮਾਂ ਪਿਓ ਆਪਣਾ, ਉਹੀ ਮਾਂ ਪਿਓ ਆਪਣਾ ਜਿਹਨੂੰ ਆਪਾਂ ਮੰਨਦੇ ਹਾਂ, ਤੇ ਜਦੋਂ ਆਪਣੇ ਮਾਂ ਪਿਓ ਦੀ ਬੇਅਬਦੀ ਹੋਈ ਜਾਂਦੀ ਆ ਗੁਟਕਾ ਫੜ ਕੇ ਹੱਥਾਂ 'ਚ, ਮੈਂ ਖੁਦ ਆਪ ਗਿਆ ਉੱਥੇ ਬਠਿੰਡੇ, ਤੇ ਇਹਨੇ ਖੁਦ ਇਹਨੇ ਗੁਟਕਾ ਫੜ ਕੇ ਸਹੁੰ ਖਾਧੀ, ਮੈਂ ਨਸ਼ਾ ਛਡਾਊ, ਮੈਂ ਐਂ ਕਰੂੰ ਤੇ ਕੁਛ ਵੀ ਨਸ਼ਾ ਤਾਂ ਬਾਹਰ ਅੱਗੇ ਵੀ ਗੰਢਿਆ ਚਿੱਟਾ, ਗੱਲ ਕਰੋ ਕਿ ਕਿਹੜਾ ਮਾਛੀਆਂ ਵੀ ਵਾਸਤੇ ਜਾਂਦੇ ਰਹੋ ਘਰ ਘਰ, 50-50 ਦਾ ਲਿਆ ਭਲਾ ਹੁਣ ਤੁਰਿਆ ਜਾ। ਬਾਪੂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ, ਫਿਰ ਹੁਣ ਤਾਂ ਕਾਂਗਰਸ ਦੀ ਸਰਕਾਰ ਆ, ਨਸ਼ਾ ਤਾਂ ਉਹਨਾਂ ਨੂੰ ਰੋਕ ਲੈਣਾ ਚਾਹੀਦਾ ਸੀ ਮਹਾਰਾਜ ਜੀ, ਰੋਕਦੇ ਆ ਪਰ ਨਸ਼ਾ ਇੱਕ ਪਾਰਟੀ ਰੋਕੂ, ਦੂਜੀ ਪਾਰਟੀ ਚਲਾਉਣ ਦੀ ਕੀ ਕਰਨਗੇ, ਬੱਚੇ ਬਹੁਤ ਬਰਬਾਦ ਕਰਤੇ ਇਹਨਾਂ ਨੇ, ਜਿਹੜੇ ਸਾਨੂੰ ਪਤਾ ਸੀ ਤੇ ਜੀਰੇ ਦੇ ਵਿੱਚ ਵੇਹਣਾ, ਉਹੀ ਮੁੰਡੇ ਜਿਹੜੇ ਸਾਡੇ ਦਿਹਾੜੀਆਂ ਕਰਦੇ ਸਾਡੇ ਨਾਲ, ਉਹੀ ਮੁੰਡੇ ਜਿਹੜੇ ਵਿਚਾਰੇ ਕਾਗਜ਼ ਚੁੱਕਦੇ ਫਿਰਦੇ ਹਨ, ਇਹ ਵੀ ਸੋਚੋ ਜੇ ਇਹਨਾਂ ਨੇ ਨਸ਼ਾ 12 ਕੇ ਕੀਤਾ ਤੇ ਉਹ ਕਾਗਜ਼ ਚੁਗਣ ਲੱਗੇ, ਅਸੀਂ ਉਹ ਨਸ਼ਾ ਖਾਂਦੇ ਹਾਂ, ਅਸੀਂ ਖਾਂਦੇ ਹਾਂ ਉਹਦੇ ਕੰਟਰੋਲ 'ਤੇ ਖਾਂਦੇ ਹਾਂ,
असि हम जो खाना 30 रुपये खाने तो 300 लाए 500 कमा इन्होंने बच्चों ने जो 30 लाए तो 500 खोना है 500 खोना किमें खोना चिट्टा पी लिया तो घर सौ जाना आप गुआच गया असि जो 30 लाए तो अभी 500 बना के लिया भला मर्च के ठीक है ना ਅਸੀਂ ਤਾਂ ਬਹੁਤ ਅਸੀਂ ਤਾਂ ਆਹ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਨਾਲ ਕਾਂਗਰਸ ਹੀ ਆਵੇ ਸਾਨੂੰ ਜਿਹੜੀ ਕਾਂਗਰਸ ਨੂੰ ਸਵਾਲ ਤਾਂ ਕਰਿਓ ਵੀ ਨਸ਼ਾ ਬੰਦ ਕਰ ਦਿਓ ਉਹ ਤਾਂ ਕਹਿੰਦੇ ਨੇ ਕੁਲਵੀਰ ਸਿੰਘ ਨੂੰ ਕਰਿਓ ਸਵਾਲ ਉਹ ਇਹਨਾਂ ਨਾਲ ਕਰਦੇ ਆ ਵੀ ਤੁਸੀਂ 12 ਕੇ ਨਸ਼ਾ ਵਿਕਣ ਡਿਆ ਭਾਈ ਇਹ ਬੰਦ ਕਰੋ ਬਿਲਕੁਲ ਇਹ ਸਾਡੀ ਹੱਥ ਬੰਨ ਕੇ ਬੇਨਤੀ ਆ ਕਲਗੀਧਰ ਨਗਰ 'ਚ ਅਸੀਂ ਬੋਲਦੇ ਹਾਂ ਵੀ ਸਾਡੀ ਮਿਹਨਤ ਆ ਖਵਾਇਸ਼ ਆ ਸਾਡੀ ਵੀ ਨਸ਼ਾ ਬੰਦ ਜ਼ਰੂਰ ਕਰਾਓ 12 ਕੇ ਨਸ਼ਾ ਵਿਕਣ ਡਿਆ 100-100 'ਚ ਵਿਕਣ ਡਿਆ 50-50 ਦਾ ਬੱਚੇ ਭਾਂਡੇ ਵੇਚਣ ਡਏ ਆ ਕੋਈ ਕੁਛ ਵੇਚਣ ਡਿਆ ਤੇ ਕੀ ਬੱਚੇ ਕਰਨਗੇ ਆਪਾਂ ਬੱਚੇ ਆਉਂਦੇ ਆ ਪੀੜ੍ਹੀ ਨੂੰ ਸੰਭਾਲੀਏ ਚੰਗੇ ਰਹਿਣਾ ਚਲ ਬਾਪੂ ਸਤਿ ਸ੍ਰੀ ਅਕਾਲ ਜੀ ਕਿਵੇਂ ਲੱਗਦਾ ਜੀਰਾ ਹਲਕੇ 'ਚ ਪਹੁੰਚੇ ਆ ਕਿਹੜੀ ਪਾਰਟੀ ਦੀ ਪੋਜੀਸ਼ਨ ਲੱਗਦੀ ਹੈ ਇਸ ਵਾਰ ਸਾਰੀਆਂ ਇੱਕੋ ਜਿਹੀਆਂ ਹੀ ਆ ਜੀ ਹਾਂਜੀ ਕੁਲਵੀਰ ਜੀਰਾ ਤੁਹਾਡੇ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਵਿਕਾਸ ਦੇ ਪੱਖੋਂ ਜੇ ਗੱਲ ਕਰ ਲਈਏ ਕਿਵੇਂ ਦਰਿਆ ਵਿਕਾਸ ਬਹੁਤ ਗੇਟ ਬਣੀ ਜਾਂਦਾ ਹੋਵੇ ਜੀ ਜੀ ਇੱਕ ਉਧਰ ਹੀ ਬਣੀ ਜਾਂਦਾ ਜੀ ਕੋਠੀ ਨੂੰ ਰੰਗ ਰੁੰਗ ਹੋਇਆ ਪਿਆ ਸਾਰਾ ਕੁਝ ਜੀ ਜੀ ਸਾਰਾ ਕੁਝ ਹੋਈ ਜਾਂਦਾ ਘੰਟਾ ਘਰ ਬਣਾਦਾ ਜੀ ਘੰਟਾ ਘਰ ਬਣਾਦਾ ਅੱਛਾ ਜੀ ਤੇ ਅਕਾਲੀ ਦਲ ਦੇ ਬਾਪੂ ਜੇ ਗੱਲ ਕਰ ਲਈਏ ਅਕਾਲੀ ਦਲ ਦੀ ਸਥਿਤੀ ਕਿਵੇਂ ਹੈ ਜਨਵੇਜਾ ਸਿੰਘ ਸਿੱਖ ਉਮੀਦਵਾਰ ਨੇ ਤੁਹਾਡੇ ਬਹੁਤ ਵਧੀਆ ਉਹਨਾਂ ਦੀ ਵਧੀਆ ਜੀ ਕੱਟ ਸਾਰਿਆਂ ਦਾ ਹੋ ਜਾਂਦਾ ਜੀ ਪਰ ਹਜੇ ਜੇ ਕਹਿ ਲਈਏ ਕਿ ਉਮੀਦਵਾਰ ਜਿੱਤੂ ਕਿਹੜਾ ਉਹ ਹਲੇ ਤੱਕ ਨਹੀਂ ਕੋਈ ਅਜੇ ਕੋਈ ਪਤਾ ਨਹੀਂ ਜੀ ਜੀ ਮੌਕਾ ਦੱਸੂ ਇਹਦਾ ਬਾਪੂ ਕਿਸਾਨ ਅੰਦੋਲਨ ਲਗਾਤਾਰ ਦਿੱਲੀ ਚੱਲਿਆ ਤੁਹਾਨੂੰ ਲੱਗਦਾ ਇਸ ਵਾਰ ਵੋਟਾਂ 'ਤੇ ਅਸਰ ਪੈਣਾ ਕਿਸਾਨ ਅੰਦੋਲਨ ਦਾ ਉਹ ਤਾਂ ਪਊਗਾ ਜੀ ਜੀ ਜੇ ਖੜਨਗੇ ਕਿਸਾਨ ਤਾਂ ਫੇਰ ਹੀ ਪਊਗਾ ਜੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਖੜਨ ਦੀ ਗੱਲ ਕੀਤੀ ਹੈ ਵੀ ਜੇ ਕਿਸਾਨ ਧਿਰਾਂ ਸੀ ਜਿਹੜੀਆਂ ਜੋ ਆਪਣੇ 'ਚੋਂ ਉਮੀਦਵਾਰ ਦਿੰਦੀਆਂ ਲੋਕਾਂ ਨੂੰ ਤਾਂ ਜਿੱਤ ਜਾਣੇ ਸੀ ਤੁਹਾਨੂੰ ਲੱਗਦਾ ਹਾਂ ਜਿੱਤਣਗੇ ਰਵਾਜ ਜੀ ਬਾਈ ਕਿਵੇਂ ਲੱਗਦਾ ਤੁਹਾਨੂੰ ਹਲਕਾ ਆਪਣਾ ਹਲਕਾ ਬਹੁਤ ਵਧੀਆ ਜੀ ਸਾਡਾ ਜੀ ਕੁਲਵੀਰ ਜੀਰੇ ਦੇ ਵਿਕਾਸ ਨੂੰ ਕਿਵੇਂ ਵੇਖਦੇ ਹੋ ਕਿੰਨਾ ਕੁ ਵਿਕਾਸ ਹੋਇਆ ਵਿਕਾਸ ਵਧੀਆ ਹੋ ਗਿਆ ਜੀ 2 ਗੇਟ ਬਣ ਗਏ ਜੀ ਉਧਰੋਂ ਘੰਟਾ ਘਰ ਬਣ ਗਿਆ ਸਾਰੇ ਪਿੰਡਾਂ ਦੀਆਂ ਗਲੀਆਂ ਬਣਨ ਵਾਲੀਆਂ ਬਣ ਗਈਆਂ ਜੀ ਹਾਂਜੀ ਤੇ ਜਨਮੇਜਾ ਸਿੰਘ ਸਿੱਖੋਂ ਵੀ ਤੁਹਾਡੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਵੇਂ ਦੀ ਪੋਜੀਸ਼ਨ ਲੱਗਦੀ ਉਹਨਾਂ ਦੀ ਉਹ ਦੇਖੋ ਜੀ ਆਈਤੀ ਨਵੇਂ ਆਏ ਸਾਡੇ ਹਲਕੇ 'ਚ ਪਹਿਲਾਂ ਫਿਰੋਜ਼ਪੁਰ ਹਲਕੇ ਦੇ ਸੀ ਜੀ ਜੀ ਦੇਖੋ ਜੀ ਤਾਂ ਪਾਰਟੀ ਤੋਂ ਵੋਟ ਪੈਣੀ ਹੈ ਜੀ ਬਸ ਇਹ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ ਦੀ ਵੀ ਗੱਲ ਉਹ ਤਾਂ ਬਹੁਤ ਪੁਰਾਣੇ ਹੈ ਜੀ ਅਤੇ ਇਸ ਕਰਕੇ ਆਈਤੀ ਦੇਖੋ ਕੀ ਧਿਆਨ ਆਵੇ ਬਈ ਇਸ ਵਾਰ ਲੱਗਦਾ ਬੇਅਦਬੀ ਦਾ ਜਿਹੜਾ ਮੁੱਦਾ 17 ਦੀਆਂ ਚੋਣਾਂ 'ਚ ਵੀ ਭਾਰੂ ਰਿਹਾ ਇਸ ਵਾਰ ਲੱਗਦਾ ਕਿ ਉਹ ਮੁੱਦਾ ਫਿਰ ਉਵੇਂ ਦਾ ਉਵੇਂ ਰਹੂਗਾ ਇਹ ਦੇਖੋ ਜੀ ਪਾਰਟੀਆਂ ਆਪਦੇ ਵੋਟਾਂ ਬਾਰੇ ਕਰਾਈ ਜਾਂਦੀਆਂ ਉੱਧਰ ਸੁਣਵਾਈ ਹੁੰਦੀ ਨਹੀਂ ਬੇਅਦਬੀ ਗੁਰੂ ਮਹਾਰਾਜ ਦੀ ਕਰਦੇ ਹੀ ਨਹੀਂ ਜੀ ਬਸ ਇਹ ਆਪਦੇ ਵੋਟਾਂ ਮਗਰ ਭੱਜੇ ਫਿਰਦੇ ਆ ਵੀ ਮੈਂ ਬਣ ਜਾ ਮੈਂ ਬਸ ਮਾਇਆ ਮੋਹਣੀ ਕਰੀ ਬੈਠੇ ਜੀ ਜੀ ਬਈ ਕਿਸਾਨ ਅੰਦੋਲਨ ਦਿੱਲੀ ਲਗਾਤਾਰ ਚੱਲਿਆ ਤੁਹਾਨੂੰ ਲੱਗਦਾ ਹੈ ਜੀ ਕਿਸਾਨ ਧਿਰਾਂ ਆਪਣੇ ਉਮੀਦਵਾਰ ਦਿੰਦੀਆਂ ਤੇ ਜਿੱਤ ਜਾਣਾ ਸੀ ਕਿਸਾਨਾਂ ਦੇ ਜਿਹੜੇ ਉਮੀਦਵਾਰ ਸੀ ਹਾਂਜੀ ਇਹ ਤਾਂ ਦੇਖੋ ਜੀ ਉਹਨਾਂ ਕਿੰਨੀ ਤਪੱਸਿਆ ਕੀਤੀ 1.5 ਸਾਲ ਤੋਂ ਤਪੱਸਿਆ ਕੀਤੀ 1.5 ਸਾਲ ਉਹ ਤਾਂ ਅਸਰ ਪੈਣਾ ਹੀ ਹੈ ਜੀ ਇਹਨਾਂ ਦੀ ਕੋਈ ਪਾਰਟੀ ਬਾਜੀ ਨੇ ਗੱਲ ਹੀ ਨਹੀਂ ਛੇੜੀ ਉਹਨਾਂ ਦੀ ਜੀ ਹਾਂਜੀ ਤੇ ਬਈ ਭਾਜਪਾ ਦੀ ਕੀ ਗੱਲਬਾਤ ਆ ਭਾਜਪਾ ਜੀ ਦੇਖੋ ਜੀ ਕਿ ਪਹਿਲਾਂ ਉਹਦੇ ਉਮੀਦਵਾਰ ਹੁਣ ਖੜੇ ਆ ਇਹ ਪਹਿਲਾਂ ਅਕਾਲੀ ਦਲ ਸੀ ਹੁਣ ਇਹ ਭਾਜਪਾ 'ਚ ਆਇਆ ਜੀ ਅਵਤਾਰ ਸਿੰਘ ਮੰਨਾ ਬਸ ਵੋਟ ਪੈ ਜੂ ਲੱਗਦਾ ਲੋਕ ਵੋਟਾਂ ਦੇਣਗੇ ਭਾਜਪਾ ਨੂੰ ਪਿੰਡੂ ਇਲਾਕਾ ਜਿਹੜਾ ਦਿਖਾ ਨਹੀਂ ਜੀ ਔਖਾ ਹੋਏ ਨਾ ਜੀ ਦੇਖੋ ਜੀ 1.5 ਸਾਲ ਤੋਂ ਕਿਸਾਨ ਬੈਠੇ ਰਹੇ ਆ ਤੇ ਭਾਜਪਾ ਨਹੀਂ ਭਾਏ ਆ ਮੋਦੀ ਸਰਕਾਰ ਦੇ ਦੁੱਖ ਹੀ ਬੈਠੇ ਰਹੇ ਤੇ ਹੈ ਤਾਂ ਜਿਹੜਾ ਚੋਣ ਛਾਣ ਮੋਦੀ ਸਾਹਿਬ ਦਾ ਹੀ ਹੈ ਜੀ ਜੀ ਤੇ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਨਾਲ ਆ ਗਏ ਕਹਿੰਦੇ ਅਸੀਂ ਭਾਜਪਾ ਦੇ ਨਾਲ ਰਲ ਕੇ ਚੋਣ ਲੜਨੀ ਆ ਉਹ ਦੇਖੋ ਜੀ ਇਹ ਤਾਂ ਬਾਅਦ ਦੀਆਂ ਗੱਲਾਂ ਕੀ ਬਣਦਾ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਦਾ ਹਲਕੇ ਦੀ ਪੋਜੀਸ਼ਨ ਫਿਰ ਠੀਕ ਹੀ ਆ ਜੀ ਕੁਲਵੀਰ ਜੀਰੇ ਦਾ ਵਿਕਾਸ ਕਿੰਨਾ ਕੀਤਾ ਫਿਰ ਉਹਨਾਂ ਨੇ ਵਿਕਾਸ ਤਾਂ ਹੋ ਹੀ ਰਿਹਾ ਜੀ ਕਿ ਗੇਟ ਬਣਾਈ ਹੈ ਤੇ ਅਜੇ ਤੋਂ ਘੰਟਾ ਘਰ ਬਣਾਤਾ ਪਿੰਡਾਂ ਦੀਆਂ ਗਲੀਆਂ ਨਾਲੀਆਂ ਵਾਲਾ ਬਣਾ ਦੀਆਂ ਸਾਰੀਆਂ ਤੇ ਫਿਰ ਅਕਾਲੀ ਦਲ ਦਾ ਲੱਗਦਾ ਕਿ ਇਸ ਵਾਰ ਵੋਟ ਨਹੀਂ ਅਕਾਲੀ ਦਲ ਦਾ ਮੁਸ਼ਕਲ ਹੀ ਹੈ ਜੀ ਅੱਜ ਕੰਮ ਤੇ ਝਾੜੂ ਵਾਲੇ ਝਾੜੂ ਵਾਲੇ ਦਾ ਲੱਗਦਾ ਜੀ ਅੱਜ ਕੁਛ ਰਿਸ਼ਤੇਦਾਰੀਆਂ ਦੀ ਪੋਜੀਸ਼ਨ ਕਿੰਨੀ ਕੁ ਠੀਕ ਆ ਪੋਜੀਸ਼ਨ ਠੀਕ ਆ ਜੀ ਉਹ ਬਹੁਤ ਵਧੀਆ ਬੰਦਾ ਹੈ ਪਹਿਲਾਂ ਵੀ ਤੁਹਾਡੇ ਵਿਧਾਇਕ ਰਹੇ ਨੇ ਹਾਂ ਪਹਿਲਾਂ ਵੀ ਰਹੇ ਜੀ ਤੇ ਬਈ ਭਾਜਪਾ ਦੀ ਜੇ ਗੱਲ ਕਰ ਲਈਏ ਭਾਜਪਾ ਨੂੰ ਵੋਟ ਮਿਲੂ ਨਹੀਂ ਭਾਜਪਾ ਦਾ ਅੱਜ 0 ਕੰਮ ਆ ਜੀ ਹਾਂ ਤੇ ਕਿਸਾਨ ਅੰਦੋਲਨ ਦਾ ਫਿਰ ਅਸਰ ਵੇਖਦੇ ਹੋ ਲੋਕਾਂ ਤੇ ਪੈ ਰਿਹਾ ਕੀ ਅੰਦੋਲਨ ਪਊਗਾ ਜੀ ਜਦੋਂ ਵੋਟਾਂ ਪੈਣਗੀਆਂ ਲੋਕੀ ਆਪੇ ਦੱਸਣਗੇ ਹੌਲੀ ਹਾਂ ਇਹ ਤਾਂ ਬਾਅਦ ਕਰਨਗੇ ਪਿੰਡਾਂ 'ਚ ਲੱਗਦਾ ਤੁਹਾਨੂੰ ਕਰਨਗੇ ਪੂਰੇ ਜੀ ਲੋਕ ਆਵਾਜ਼ ਟੀਵੀ ਦੇ ਨਾਲ ਜੁੜੇ ਹੋ ਤੇ ਮੈਂ ਮਨਪ੍ਰੀਤ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਦੇ ਉੱਤੇ ਨੇ ਹਰ ਇੱਕ ਪਾਰਟੀ ਦੇ ਵੱਲੋਂ ਕਮਰ ਕਸੇ ਕਸ ਲਏ ਗਏ ਨੇ ਹਰ ਪਾਰਟੀ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਨੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਅੱਜ ਅਸੀਂ ਜੀਰੇ ਹਲਕੇ ਦੇ ਵਿੱਚ ਹੈ ਜੀਰਾ ਹਲਕਾ ਹੌਟ ਸੀਟ ਮੰਨੀ ਜਾ ਰਹੀ ਹੈ ਚਰਚਿਤ ਹਲਕਾ ਹੈ ਕੁਲਵੀਰ ਸਿੰਘ ਜੀਰੇ ਦਾ ਹਲਕਾ ਹੈ ਮੌਜੂਦਾ ਵਿਧਾਇਕ ਨੇ ਕਾਂਗਰਸ ਤੋਂ ਤੇ ਨਾਲ ਨਰੇਸ਼ ਕਟਾਰੀਆ ਸਾਬਕਾ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਉਹਨਾਂ ਦੇ ਨਾਲ ਜਨਮੇਜਾ ਸਿੰਘ ਸਿੱਖੋ ਉਹ ਵੀ ਸਾਬਕਾ ਮੰਤਰੀ ਨੇ ਉਹ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਜੀਰੇ ਹਲਕੇ ਦੀਆਂ ਰਹਿਣਗੀਆਂ ਕਿਸ ਤਰ੍ਹਾਂ ਵੋਟਰ ਕਿਹੜੇ ਉਮੀਦਵਾਰ ਨੂੰ ਪਸੰਦ ਕਰਨਗੇ ਪੂਰੇ ਲੋਕਾਂ ਦੇ ਨਾਲ ਪਿੰਡਾਂ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ
क्योंकि जीरे हल्के जे गल कर लीए तो हॉट सीट मनी जा रही है जीरा हल्का, तो इतों कुलवीर सिंह जीरा जिहड़े चोण मैदान दे विच होणगे नरेश कटारिया उम्मीदवार होणगे, जनमेजा सिंह सिखों श्रोमणी अकाली दल दे उम्मीदवार होणगे, तो गलबात करांगे। लगातार तुसीं देखते रहो लोक आवाज़ टीवी।